ਜੀ ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਕਿਆਰਾ ਸਾਹਿਬ ਦੇ ਵਿੱਚ ਇਸ ਵੇਲੇ ਪਹੁੰਚੇ ਹਾਂ। ਜੀ ਹਾਂ ਜੀ, ਬਿਲਕੁਲ ਜੀ, ਬਾਬਾ ਗੁਰੂ ਨਾਨਕ ਸਾਹਿਬ ਦੇ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ ਉਹ ਇਸ ਗੁਰੂ ਘਰ ਦੇ ਨਾਲ ਜੁੜੀਆਂ ਹੋਈਆਂ ਨੇ। ਇਸੇ ਹੀ ਜਗ੍ਹਾ ਦੇ ਉੱਤੇ ਬਾਬਾ ਜੀ ਜਦੋਂ ਆਪਣੇ ਡੰਗਰ ਵੱਛਾ ਚਰਾਉਣ ਵਾਸਤੇ ਨਿਕਲੇ ਸੀ, ਮਾਲ ਮਵੈਸ਼ੀ ਚਰਾਉਣ ਵਾਸਤੇ ਨਿਕਲੇ ਸੀ, ਇਸ ਜਗ੍ਹਾ ਦੇ ਉੱਤੇ ਆਏ ਅਤੇ ਇੱਕ ਜੱਟ ਦੀ ਤਿਆਰ ਫਸਲ ਖਲੋਤੀ ਹੋਈ ਸੀ, ਔਰ ਉਹਦੇ ਵਿੱਚ ਉਹ ਪਸ਼ੂ ਜਿਹੜੇ ਸਨ ਉਹ ਥੋੜ੍ਹਾ ਜਿਹਾ ਹਰਾ ਹਰਾ ਜਿਹੜਾ ਸੀ ਉਹ ਖਾ ਗਏ ਇੱਥੋਂ, ਅਤੇ ਉਹ ਕੰਪਲੇਨ ਲੈ ਕੇ ਪਹੁੰਚ ਗਏ ਬਾਬਾ ਗੁਰੂ ਨਾਨਕ ਸਾਹਿਬ ਦੇ ਵਾਲਦ ਸਾਹਿਬ ਕੋਲ, ਔਰ ਉਹਨਾਂ ਨੇ ਕਿਹਾ ਕਿ ਵੀ ਨਾਨਕ ਆਪਣੇ ਡੰਗਰਾਂ ਦਾ ਧਿਆਨ ਸਹੀ ਤਰ੍ਹਾਂ ਨਹੀਂ ਰੱਖਦਾ, ਦੇਖੋ ਤੁਸੀਂ ਜਿਹੜਾ ਨਾ ਉਹ ਸਾਡੇ ਪੱਠੇ ਜਿਹੜੇ ਨੇ ਉਹ ਖਾ ਗਿਆ ਇਹਨਾਂ ਦੇ ਜਾਨਵਰ। ਅਤੇ ਉਹਨਾਂ ਨੇ ਕਿਹਾ, ਬਾਬਾ ਗੁਰੂ ਨਾਨਕ ਸਾਹਿਬ ਕੋਲੋਂ ਪੁੱਛਿਆ, ਉਹਨਾਂ ਨੇ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਹੈ ਲੇਕਿਨ ਆਓ ਦੇਖ ਲਵੋ। ਜਦੋਂ ਆਏ ਤਾਂ ਕਹਿੰਦੇ ਨੇ ਕਿ ਵੀ ਉਹ ਫਸਲ ਜਿਹੜੀ ਸੀ ਉਸ ਤੋਂ 2 ਗੁਣਾ ਉੱਤੇ ਸੀ, ਜ਼ਿਆਦਾ ਫੈਲਾਓ ਹੋ ਗਿਆ ਸੀ, ਔਰ ਉਹ ਬੰਦਾ ਦੇਖ ਕੇ ਹੈਰਾਨ ਹੋ ਗਿਆ, ਔਰ ਉਸ ਤੋਂ ਬਾਅਦ ਆਪ ਜੀ ਦਾ ਮਨ ਹੀ ਹੋ ਗਿਆ ਔਰ ਆਪ ਨੂੰ ਮੰਨਣ ਲੱਗ ਪਿਆ ਬਾਬਾ ਗੁਰੂ ਨਾਨਕ ਸਾਹਿਬ ਨੂੰ। ਇਸ ਲਈ ਇਸ ਜਗ੍ਹਾ ਨੂੰ ਕਿਆਰਾ ਸਾਹਿਬ ਕਿਹਾ ਜਾਂਦਾ, ਯਾਨੀ ਕਿ ਕਿਆਰੀ, ਖੇਤ, ਖਲਿਆਨ, ਇਹਦਾ ਇਹ ਮਤਲਬ ਬਣਦਾ। ਅਤੇ ਇਹ ਇਤਿਹਾਸਿਕ ਗੁਰਦੁਆਰਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਵਿੱਚੋਂ ਨੇ, ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਗਏ ਨੇ ਉਹਨਾਂ ਦੇ ਵਿੱਚ ਪਹਿਲੇ ਥੜਾ ਸਾਹਿਬ ਸੀ, ਥੜਾ ਸਾਹਿਬ ਤੋਂ ਫਿਰ ਇੱਕ 8x8 ਦੇ ਕਮਰੇ ਬਣੇ, ਫਿਰ ਜਦੋਂ ਦੁਬਾਰਾ ਉਹਨਾਂ ਦੀਆਂ ਸੇਵਾ ਹੋਈਆਂ ਤਾਂ ਫਿਰ ਉਹਨਾਂ ਦੇ ਨਾਲ ਨਾਲ ਬਰਾਮਦੇ ਬਣੇ, ਫਿਰ ਉਸ ਤੋਂ ਬਾਅਦ ਬਾਰਾਦਰੀ ਦਾ ਰਿਵਾਜ ਪਿਆ ਪਾਕਿਸਤਾਨ ਦੇ ਵਿੱਚ। ਕੁੱਲ ਮਿਲਾ ਕੇ 26 ਡਿਫਰੈਂਟ ਟਾਈਪ ਦੇ ਆਰਕੀਟੈਕਚਰ ਨੇ ਗੁਰਦੁਆਰਾ ਸਾਹਿਬ ਦੇ। ਅਤੇ ਸੋ ਮੈਂ ਤੁਹਾਨੂੰ ਦਿਖਾ ਰਿਹਾ ਵਾਂ, ਮੇਰੀ ਤੁਸੀਂ ਬੈਕ 'ਤੇ ਦੇਖ ਰਹੇ ਹੋ, ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਕਿਆਰਾ ਸਾਹਿਬ ਹੈ, ਜਿੱਥੇ ਕਿ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ ਉਹ ਮੋਸਟਲੀ ਨਨਕਾਣਾ ਸਾਹਿਬ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਨੇ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣਾ ਬਚਪਨ ਬਿਤਾਇਆ ਔਰ ਆਪਣੇ ਕੀ ਕਹਿੰਦੇ ਨੇ ਹੱਥੀ ਕਰਕੇ, ਬਚਪਨ ਤੋਂ ਹੀ ਆਪਣੇ ਹੱਥੀ ਕਰਕੇ ਖਾਧੀ ਹੈ। ਇਹ ਦਿਖਾਓ ਜੀ ਤੁਸੀਂ ਗੁਰਦੁਆਰਾ ਸਾਹਿਬ, ਅਤੇ ਇਹਦੇ ਨਾਲ ਬਹੁਤ ਹੀ ਵੱਡਾ ਸਰੋਵਰ ਸਾਹਿਬ ਵੀ ਮੌਜੂਦ ਹੈ ਜੀ ਹਲੇ ਤੱਕ, ਔਰ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਠੀਕ ਹੈ ਜੀ, ਝੂਲਦੇ ਨਿਸ਼ਾਨ ਨੇ, ਔਰ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਬਿਲਡਿੰਗ ਹੈ, ਔਰ ਤੁਹਾਨੂੰ ਅਸੀਂ ਨਾਲ ਹੀ ਦਿਖਾਉਂਦੇ ਹਾਂ। ਡਰਾਈ ਸਰੋਵਰ ਵੀ ਹੈ ਕਿਉਂਕਿ ਇੱਕ ਸਰੋਵਰ ਭਰਿਆ ਜਾਂਦਾ ਹੈ, ਮਾਸ਼ਾਅੱਲਾ 9 ਗੁਰਦੁਆਰੇ ਟੋਟਲ ਬਣਦੇ ਨੇ, ਅਤੇ ਅਗਰ ਸਾਰੇ ਤੁਸੀਂ ਸੰਗਤ ਨੂੰ ਦੇਖਿਆ ਜਾਏ ਤਾਂ ਉਹਨਾਂ ਵਾਸਤੇ ਸਰੋਵਰ ਜਿਹੜਾ ਉਹ ਵੱਡਾ ਜਨਮ ਸਥਾਨ ਵਾਲਾ ਹੀ ਕਾਫੀ ਹੈ, ਅਤੇ ਇਹ ਜਿਹੜੇ ਦੂਸਰੇ ਗੁਰਦੁਆਰਾ ਸਾਹਿਬ ਨੇ ਇਹਨਾਂ ਦੇ ਨਾਲ ਕਾਫੀ ਵੱਡੇ ਵੱਡੇ ਸਰੋਵਰਸ ਜਿਹੜੇ ਨੇ ਉਹ ਆਲਰੇਡੀ ਜਿਹੜੇ ਨੇ ਪੁਰਾਣੇ ਮੌਜੂਦ ਨੇ, ਠੀਕ ਹੈ ਜੀ। ਇੱਥੇ ਪੌਣਾ ਵੀ ਹੈ ਔਰ ਨਾਲ ਦੀ ਨਾਲ ਹੀ ਇਹ ਇਤਿਹਾਸਿਕ ਬਿਲਡਿੰਗ ਜਿਹੜੀ ਹੈ ਤੁਸੀਂ ਦੇਖ ਰਹੇ ਹੋ, ਔਰ ਜਿੱਥੇ ਉਹ ਪਾਣਾ ਵਰਤਿਆ ਸੀ, ਜਿੱਥੇ ਉਹ ਵਾਕਿਆ ਹੋਇਆ ਸੀ, ਠੀਕ ਹੈ ਜੀ, ਉਹਦੀ ਡਿਟੇਲ ਜਿਹੜੀ ਹੈ ਉਹ ਤੁਹਾਨੂੰ ਇੱਥੇ ਮਿਲ ਜਾਏਗੀ, ਉਰਦੂ ਦੇ ਵਿੱਚ ਵੀ, ਗੁਰਮੁਖੀ ਦੇ ਵਿੱਚ ਵੀ, ਔਰ ਇੰਗਲਿਸ਼ ਦੇ ਵਿੱਚ ਵੀ। ਇਹ ਤੁਸੀਂ ਦੇਖ ਸਕਦੇ ਹੋ ਜੀ, ਹਾਂਜੀ ਬਿਲਕੁਲ ਜੀ। ਸਰੋਵਰ ਦੀ ਸੇਵਾ ਇਸ ਵਾਸਤੇ ਨਹੀਂ ਹੈ ਜਲਦੀ ਇੱਥੇ ਕਿ ਜਦੋਂ ਸੰਗਤ ਥੋੜ੍ਹੀ ਜਿੰਨੀ ਹੈ ਬਿਲਕੁਲ, ਅਤੇ ਉਹ ਫਿਰ ਸਿਰਫ ਇੱਕ ਹੀ ਗੁਰੂ ਘਰ ਦੇ ਵਿੱਚ ਸਾਰਾ ਕਰ ਲੈਂਦੇ ਨੇ, ਜ਼ਰੂਰੀ ਨਹੀਂ ਹੈ ਕਿ ਹਰ ਗੁਰੂ ਘਰ ਦਾ ਜਿਹੜਾ ਸਰੋਵਰ ਹੈ ਉਹਨੂੰ ਫਿਲ ਕੀਤਾ ਜਾਵੇ। ਕਿਉਂਕਿ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਹੈ, ਗੁਰੂ ਮਹਾਰਾਜ ਦੀ ਬੀੜ ਜਿਹੜੀ ਹੈ ਉਹ ਪਾਲਕੀ ਸਾਹਿਬ ਪਈ ਹੋਈ ਹੈ, ਲੇਕਿਨ ਬੀੜ ਜਿਹੜੀ ਹੈ ਉਹ ਪਿੱਛੇ ਗੁਰਦੁਆਰਾ ਸਾਹਿਬ ਦੇ ਵਿੱਚ ਹੈ, ਠੀਕ ਹੈ ਜੀ। ਇਹ ਤੁਸੀਂ ਹਿਸਟਰੀ ਦੇਖ ਵੀ ਸਕਦੇ ਹੋ, ਤਿੰਨਾਂ ਜ਼ੁਬਾਨਾਂ ਦੇ ਵਿੱਚ ਜਿਹੜੀ ਹੈ, ਦੋਵਾਂ ਜ਼ੁਬਾਨਾਂ 'ਚ ਸੋਰੀ ਮੈਂਸ਼ਨ ਹੈ। ਉਹੀ ਇਤਿਹਾਸਿਕ 4 ਦਰਵਾਜ਼ੇ ਹਰ ਗੁਰੂ ਘਰ ਦੇ, ਸਾਡੀ ਪਾਕਿਸਤਾਨ ਹੈਰੀਟੇਜ ਕਲੱਬ ਦੀ ਟੀਮ, ਕ੍ਰੋਸ ਰੂਟ ਦੀ ਟੀਮ ਜਿਹੜੀ ਹੈ ਉਹ ਅੱਜ ਉਹ ਇੱਥੇ ਪਹੁੰਚੀ ਹੋਈ ਹੈ। ਸਾਰੇ ਜਿਹੜੇ ਨੇ ਸਿਰਫ ਇਨਫੋ ਗੈਟ ਕਰ ਰਹੇ ਨੇ ਕਿਉਂਕਿ ਅੱਗੇ 550 ਸਾਲਾ ਗੁਰੂਪੁਰਬ ਆ ਰਿਹਾ, ਔਰ ਸਾਡੇ ਸਾਰਿਆਂ ਦੇ ਦੋਸਤ ਜਿਹੜੇ ਨੇ
ਪੂਰੀ ਦੁਨੀਆ ਦੇ ਵਿੱਚੋਂ ਆ ਰਹੇ ਨੇ, ਸੋ ਅਸੀਂ ਉਹੀ ਉਸ ਚੀਜ਼ ਨੂੰ ਮਿਸ਼ਨ ਨੂੰ ਲੈ ਕੇ ਅੱਗੇ ਵਧੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਉਹ ਅਸੀਂ ਲੋਕਾਂ ਨੂੰ ਦਿਖਾਈਏ, ਦੱਸੀਏ ਔਰ ਇਹਨਾਂ ਦੀ ਚਰਚਾ ਕਰੀਏ ਕਿ ਆਖਿਰ ਸਿੱਖਇਜ਼ਮ ਦਾ ਪਾਕਿਸਤਾਨ ਦੇ ਵਿੱਚ ਇੰਨਾ ਜਿਹੜਾ ਮਾਨ ਕੀਤਾ ਜਾਂਦਾ, ਕਿਉਂ ਕੀਤਾ ਜਾਂਦਾ, ਉਹ ਇਹਨਾਂ ਅਸਥਾਨਾਂ ਦੀ ਵਜ੍ਹਾ ਨਾਲ ਕੀਤਾ ਜਾਂਦਾ। ਸੋ ਯੂ ਆਰ ਵਾਚਿੰਗ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ, ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ। ਆਲ ਰਾਈਟਸ ਆਰ ਰਿਜ਼ਰਵ ਬਾਈ ਰੇਡੀਓ ਸਾਡੇ ਵਾਲਾ। ਥੈਂਕ ਯੂ ਜੀ, ਰੱਬ ਰੱਖਾ, ਫਿਰ ਮਿਲਦੇ ਹਾਂ।